ਗੁਰੂ ਪਿਆਰੀ ਸਾਧ ਸੰਗਤ ਜੀਓ ਕਾਮਯਾਬੀ ਦਾ ਇੱਕ ਰਾਜ ਤੁਹਾਡੇ ਨਾਲ ਸਾਂਝਾ ਕਰਨਾ ਹੈ। ਉਹ ਤੁਹਾਡੀ ਔਲਾਦ ਜਿਹੜੀ ਹੈ ਨਾ ਹਰ ਥਾਂ ਰਾਜ ਕਰੇਗੀ। ਸੋ ਆਪਾਂ ਬੇਨਤੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸਾਰੀ ਸੰਗਤ ਨਾਲ ਜੁੜੀ ਐ ਸਾਰੇ ਜਣੇ ਸਭ ਤੋਂ ਪਹਿਲਾਂ ਫਤਿਹ ਬਲਾਵਾ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਆਮ ਸਾਡੇ ਪਿੰਡਾਂ ਦੇ ਵਿੱਚ ਨਾ ਕੁਝ ਚੀਜ਼ਾਂ ਮੰਨੀਆਂ ਜਾਂਦੀਆਂ ਨੇ ਕੁਝ ਚੀਜ਼ਾਂ ਧਿਆਨ ਹਿਤਾਉਂਦੀਆਂ ਨੇ ਕੁਝ ਚੀਜ਼ਾਂ ਨੂੰ ਧਿਆਨ ਦੇ ਵਿੱਚ ਲਿਆ ਜਾਂਦਾ ਤੇ ਜਿਨ੍ਹਾਂ ਨੂੰ ਕਾਮਯਾਬੀ ਦੇ ਰਾਜ ਗਿਣਿਆ ਜਾਂਦਾ ਹੈ ਕੁੱਗੀ ਕਬੂਤਰ ਜਾ ਫਿਰ ਕਾਂ ਤੇ ਕਹਿੰਦੇ ਜੀ ਹਰ ਇੱਕ ਕਾਮਯਾਬੀ ਮਿਲਦੀ ਹੈ ਇਹਨਾਂ ਕਰਕੇ ਜੇਕਰ ਤੁਹਾਡੇ ਘਰ ਦੇ ਵਿੱਚ ਕਾਹ ਆ ਕਾਮ ਬੋਲਦਾ ਕਹਿੰਦੇ ਜੀ ਰਿਸ਼ਤੇਦਾਰ ਆਉਣਗੇ ਕਿਉਂਕਿ ਪ੍ਰਾਣੀਆਂ ਬੀਬੀਆਂ ਪਹਿਲਾਂ ਵੀ ਕਰਦੀਆਂ ਸੀ ਅੱਜ ਵੀ ਹੁੰਦਾ ਆ ਸਿਸਟਮ ਚਲੋ ਨਵੀਂ ਪੀੜ੍ਹੀ ਅੱਜ ਭਾਵੇਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੀ ਪਰ ਸਿਸਟਮ ਹੈਗਾ ਇਹ ਹਲੇ ਵੀ ਤੇ ਹਰ ਥਾਂ ਇੱਜ਼ਤ ਮਾਨ ਸਨਮਾਨ ਪੈਸਾ ਕਾਮਯਾਬੀ ਮਿਲੇਗੀ ਤੁਹਾਨੂੰ ਕਿਹਾ ਜਾਂਦਾ ਮੰਨਿਆ ਜਾਂਦਾ ਇਹ ਚੀਜ਼ਾਂ ਇੱਕ ਮੰਨ ਲੀਆਂ ਜਾਂਦੀਆਂ ਨੇ ਜੇਕਰ ਤੁਹਾਡੇ ਵਿੱਚ ਘੁੱਗੀਆਂ ਆਉਂਦੀਆਂ ਨੇ ਘੁੱਗੀਆਂ ਦੇ ਆਲਣੇ ਨੇ ਤਾਂ ਤੁਸੀਂ ਭਾਗਾ ਵਾਲਿਓ ਕਿਨੇ ਕਰਮਾਂ ਵਾਲਿਓ ਜੇਕਰ ਕਾਂ ਆਉਂਦਾ ਹੈ ਤੁਹਾਡੇ ਘਰੇ ਰਿਸ਼ਤੇਦਾਰ ਆਉਣਗੇ ਜੇਕਰ ਕਬੂਤਰ ਨੇ ਤੁਹਾਡੇ ਘਰ ਕਹਿੰਦੇ ਜੀ ਤੁਹਾਡੇ ਘਰ ਬੜਾ ਜਿਹੜਾ ਸ਼ੋਰ ਸ਼ਰਾਬਾ ਤੁਹਾਡਾ ਪਰਿਵਾਰ ਬਧੇ ਫੁੱਲੇਗਾ ਮਤਲਬ ਇਹ ਮੰਨਿਆ ਜਾਂਦਾ ਹੈ ਇਹ ਚੀਜ਼ਾਂ ਪਰ ਮੈਂ ਇੱਕ ਬੇਨਤੀ ਜਿਹੜੀ ਕਰਨੀ ਚਾਹਨਾ ਕਿ ਉਹ ਜਾਨਵਰ ਨੇ ਉਹ ਠੀਕ ਹੈ ਤੇ ਉਹ ਆਪਣਾ ਪੰਛੀ ਨੇ ਉਹ ਉਹ ਆਪਣਾ ਕਰ ਰਹੇ ਨੇ ਆਪਣਾ ਚੋਗਾ ਚੁਗ ਰਹੇ ਨੇ ਆਪਣੀਆਂ ਕਾਰਜਕਾਰੀਆਂ ਦੇ ਵਿੱਚ ਲੱਗੇ ਹੋਏ ਨੇ ਉਹ ਆਪਣਾ ਸਵਾਸ ਲੈ ਰਹੇ ਨੇ ਆਪਣਾ ਕੰਮ ਕਰ ਰਹੇ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਭੇਜਿਆ ਸਾਨੂੰ ਆਪਣਾ ਭੇਜੇ ਅਸੀਂ ਆਪਣੇ ਲੱਗੇ ਹੋਏ ਆ ਤੇ ਉਹਨਾਂ ਨੂੰ ਇਹ ਸਮਝ ਕੇ ਵੀ ਆਏ ਹੁੰਦਾ ਜੀ ਇਹ ਸਾਡੀ ਮੂਰਖ ਮਤੀ ਹੈ ਸਭ ਤੋਂ ਵੱਡੀ ਜੇ ਇਦਾਂ ਸਭ ਕੁਝ ਸੱਚ ਹੋਣ ਲੱਗ ਜਾਏ ਜੇ ਇਹ ਸਾਰੀਆਂ ਚੀਜ਼ਾਂ ਸੱਚ ਹੋਣ ਲੱਗ ਜਾਣ ਤੇ ਲੋਕਾਂ ਨੇ ਤਾਂ ਘੁੱਗੀਆਂ ਕਬੂਤਰ ਕਾਂ ਫੜ-ਫੜ ਕੇ ਪਿੰਜਰਿਆਂ ਦੇ ਵਿੱਚ ਬੰਦ ਕਰ ਕਰਕੇ ਨਾ ਜ਼ਬਰਦਸਤੀ ਰੱਖਿਆ ਕਰਨੇ ਸੀ ਆਪੋ ਆਪਣੇ ਘਰਾਂ 'ਚ ਜ਼ਬਰਦਸਤੀ ਤੱਕੇ ਨਾਲ ਵੀ ਆ ਮੈਂ ਰੱਖੂੰ ਲੜਾਈਆਂ ਹੋ ਜਾ ਕਰਨੀਆਂ ਸੀ ਉਹ ਕਹਿੰਦਾ ਨਹੀਂ ਮੈਂ ਰੱਖੂੰਗਾ ਨਹੀਂ ਮੈਂ ਰੱਖੂੰ ਇੱਕ ਦੂਜੇ ਦੇ ਨਾਲ ਲੜਾਈਆਂ ਝਗੜੇ ਬੜਾ ਵੱਧਜਾ ਕਰਨਾ ਸੀ ਪ੍ਰੋਜੈਕਟ ਇਹ بڑے ਵੱਡੇ ਪੱਧਰ ਤੇ ਚੱਲਣਾ ਸੀ ਕੰਮ ਇਹ ਇਹ ਚੀਜ਼ਾਂ ਸਾਨੂੰ ਕਿੱਥੋਂ ਮਿਲਦੀਆਂ ਨੇ ਇਹ ਚੀਜ਼ਾਂ ਪੰਜਾਬ ਦੇ ਵਿੱਚ ਹੀ ਮਿਲਦੀਆਂ ਨੇ ਵਹਿਮ ਭਰਮ ਜਿਹੇ ਸਾਨੂੰ ਪੰਜਾਬ ਦੇ ਵਿੱਚ ਹੀ ਮਿਲਦੇ ਨੇ ਊਣ ਹੀ ਸਾਨੂੰ ਮਿਲਦੇ ਹੈਗੇ ਪੰਜਾਬ ਦੇ ਵਿੱਚ ਹੀ ਮਿਲਦੇ ਨੇ ਕਿਤੇ ਬਾਹਰਲੇ ਦੇਸ਼ਾਂ 'ਚ ਦੇਖਿਆ ਜਾਂ ਕਿਤੇ ਹੋਰ ਚਲੇ ਜਾਓ ਕਿਤੇ ਵੇਖਿਆ ਨਾ ਪੰਜਾਬ 'ਚ ਹੀ ਮਿਲੂ ਕਿਉਂਕਿ ਇਹ ਪੰਜਾਬ ਦੇ ਵਿੱਚ ਹੀ ਹੁੰਦਾ ਜੀ ਸਾਰਾ ਕੁਝ ਯਾਦ ਰੱਖੋ ਕੁੱਗੀਆਂ ਕਬੂਤਰਾਂ ਨੂੰ ਵੀ ਇੱਥੇ ਰੱਬ ਮੰਨਿਆ ਜਾਂਦਾ ਹੈ ਜਾਨਵਰਾਂ ਨੂੰ ਵੀ ਰੱਬ ਮੰਨਿਆ ਜਾਂਦਾ ਹੈ ਤੇ ਹੋਰ ਕਈ ਅਜੇਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਰੱਬ ਮੰਨਿਆ ਜਾਂਦਾ ਹੈ ਪਰ ਯਾਦ ਰੱਖਿਓ ਇਹ ਚੀਜ਼ਾਂ ਅਸੀਂ ਕਰ ਰਹੇ ਆਂ ਇਹ ਚੀਜ਼ਾਂ ਸਾਡੀ ਮੂਰਖਮਤੀ ਹੈ ਅਸੀਂ ਕਿਉਂ ਕਰ ਰਹੇ ਆਂ ਅਸੀਂ ਗੁਰੂ ਤੋਂ ਟੁੱਟੇ ਹੋਇਆ ਇਸ ਗੱਲ ਦਾ ਸਬੂਤ ਹੈ ਜੀ ਜੇ ਅਸੀਂ ਗੁਰੂ ਨਾਲ ਜੁੜੇ ਹੋਈਏ ਤੇ ਸਾਨੂੰ ਕਦੇ ਇਹਨਾਂ ਚੀਜ਼ਾਂ ਵਹਿਮ ਭਰਮ ਡਾਂਗ ਨਹੀਂ ਸਕਦੇ ਸਾਨੂੰ ਪਤਾ ਹੋਵੇ ਕਿ ਇਹ ਚੀਜ਼ਾਂ ਦੇ ਵਿੱਚ ਸੱਚਾਈ ਨਹੀਂ ਹੈਗੀ ਅਸੀਂ ਗੁਰੂ ਤੋਂ ਟੁੱਟੇ ਆਂ ਸਾਨੂੰ ਅੱਜ ਪਤਾ ਹੈ ਕੀ ਹਾਲਤ ਹੈ ਸਾਡੀ ਜਿਹੜਾ ਕੋਈ ਜਿੱਧਰ ਨੂੰ ਲੈ ਜਾਏ ਸਾਨੂੰ ਉਧਰ ਨੂੰ ਅਸੀਂ ਤੁਰ ਜਾਨੇ ਆ ਤੁਸੀਂ ਵੇਖਿਆ ਨਾ ਉਹ ਬਾਗੇਸ਼ਵਰ ਵਾਲਾ ਬਾਬਾ ਤਰਿੰਦਰ ਸ਼ਾਸਤਰੀ ਯੂਪੀ ਦੇ ਵਿੱਚ ਉਹਦਾ ਕਿੱਡਾ ਵੱਡਾ ਡੇਰਾ ਹੈ ਤੇ ਉਹਦੀ ਉਮਰ 27-28 ਸਾਲਾਂ ਦੀ ਹੈ ਉਹ ਕੱਲ ਦਾ ਬੱਚਾ ਜਾਂ ਜਵਾਕੜਾ ਜਾਂ ਤੇ ਉਹ ਇੰਨਾ ਜ਼ਿਆਦਾ ਵਹਿਮ ਭਰਮ ਫਲਾਉਂਦਾ ਨਾ ਦੁਨੀਆ ਦੇ ਵਿੱਚ ਤੇ ਉਸ ਬੰਦੇ ਕੋਲੇ ਜਾਣ ਦੇ ਲਈ ਇੰਨਾ ਪੈਸਾ ਇਨੀ ਟਿਕਟ ਲੱਗਦੀ ਹੈ ਤੇ ਦੁਨੀਆ ਫਿਰ ਵੀ ਉਹਦੇ ਕੋਲੇ ਰਿੰਗੜ ਰਿੰਗੜ ਕੇ ਜਾਂਦੀ ਹੈ ਹੈ ਕੁਝ ਵੀ ਨਹੀਂ ਉਹਦੇ ਕੋਲੇ ਕੋਈ ਹੱਲ ਨਹੀਂ ਕਰਕੇ ਦਿੰਦਾ ਉਹ ਤੁਹਾਡੇ ਮਨ ਦਾ ਸਵਾਲ ਬੁੱਝ ਲੈਂਦਾ ਉਹਦੇ ਕੋਲ ਇੱਕ ਟੈਕਨੀਕਲ ਇੱਕ ਕਲਾ ਆ ਉਹ ਆਮ ਬੰਦਾ ਵੀ ਕਰ ਸਕਦਾ ਹੈ ਉਹ ਮੈਜੀਕ ਹੈ ਇੱਕ ਉਹ ਬੰਦਾ ਬੁੱਝ ਲੈਂਦਾ ਤੁਹਾਡੇ ਮਨ ਦੀ ਗੱਲ ਬੁੱਝ ਰੋ ਕਹਿੰਦਾ ਵਾਹ ਜੀ ਵਾਹ ਬਾਬਾ ਜੀ ਨੇ ਕਮਾਲ ਕਰਤਾ ਤੁਹਾਡਾ ਹਾਲ ਤਾਂ ਨਹੀਂ ਹੋਇਆ ਕਿਸੇ ਦਾ ਅਜੇ ਤੱਕ ਹਾਲ ਤਾਂ ਨਹੀਂ ਕਿਸੇ ਦਾ ਕਰਕੇ ਦਿੰਦਾ ਵੀ ਤੇਰੀ ਸ਼ੰਕਾ ਨਿਵਰਤ ਕਰਦਾ ਜਾਂ ਤੇਰੀ ਇਹ ਸਮੱਸਿਆ ਤੈਨੂੰ ਕਰਕੇ ਦਿੰਦਾ ਜੀ ਤੇਰਾ ਆਹ ਕੰਮ ਹੈ ਤੇਰਾ ਮੈਂ ਕਰਕੇ ਦਿੰਦਾ ਮੈਂ ਬਣਾ ਕੇ ਦਿੰਦਾ ਕਰਿਆ ਕਿਸੇ ਦਾ ਕਰਿਆ ਤਾਂ ਨਹੀਂ ਕਿਸੇ ਦਾ ਸਿਰਫ ਇੱਕ ਮਨ ਦੀ ਗੱਲ ਪੜ ਲੈਂਦਾ ਵੀ ਹਾਂ ਇਹ ਬੰਦਾ ਐ ਸੋਚ ਰਿਹਾ ਉਸੇ ਜੀ ਬੰਦਾ ਮਗਨ ਹੋ ਜਾਂਦਾ ਵਾਹ ਜੀ ਵਾਹ ਜੀ ਐ ਕਰਤਾ ਜੀ ਬਾਬਾ ਜੀ ਨੇ ਐ ਕਰਤਾ ਅੱਜ ਡੇਰਿਆਂ ਤੇ ਜਾਣ ਵਾਲਿਆਂ ਦੀਆਂ ਕਿਉਂ ਜ਼ਿਆਦਾ ਲਾਈਨਾਂ ਨੇ ਪਤਾ ਲੱਗਦਾ ਵੀ ਕਿ ਲੋਕੀ ਅੰਧਵਿਸ਼ਵਾਸੀ ਨੇ ਇਹ ਲੋਕੀ ਜਿਹੜੇ ਨੇ ਆਪਣੇ ਗੁਰੂ ਨੂੰ ਮੰਨਣ ਵਾਲੇ ਨਹੀਂ ਇਹ ਲੋਕ ਇਹ ਗੁਰੂ ਗ੍ਰੰਥ ਸਾਹਿਬ ਦੇ ਅਸਲ ਸ਼ਾਸਕ ਨਹੀਂ ਹੈਗੇ ਇਹ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਨਹੀਂ ਹੈਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਭਟਕੇ ਹੋਏ ਨੇ ਇਹ ਲੋਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਇਹ ਲੋਕ ਭਟਕੇ ਹੋਏ ਨੇ ਇੱਥੋਂ ਪਤਾ ਲੱਗਦਾ ਇਹ ਸਾਰੀਆਂ ਗੱਲਾਂ ਸੋ ਗੁਰਮੁਖ ਪਿਆਰਿਓ ਸਰਸੇਵਾਲੇ ਦੇ ਡੇਰੇ ਦੇ ਵਿੱਚ ਕਿੰਨਾ ਵੱਡਾ ਕਰਾਊਡ ਹੈ ਜੀ ਸਰਸੇ ਵਾਲੇ ਦੇ ਡੇਰੇ ਦੇ ਵਿੱਚ ਕਿੰਨਾ ਵੱਡਾ ਉਥੇ ਜੁੜਿਆ ਹੋਇਆ ਜੀ ਪ੍ਰਬੰਧ ਕਿੰਨੀਆਂ ਵੱਡੀਆਂ ਚੀਜ਼ਾਂ ਨੇ ਉਥੇ ਕਿੰਨੀ ਸੰਗਤ ਜਾਰੀ ਹੈ ਨਾਲੇ ਉਹ ਬਲਾਤਕਾਰੀ ਹੈ ਨਾਲੇ ਉਹ ਕਤਲ ਹੈ ਨਾਲੇ ਉਹ ਸਭ ਕੁਝ ਹੈ ਇੰਨੇ ਵੱਡੇ ਦਾਗ ਉਸ ਬੰਦੇ ਤੇ ਲਾਗੇ ਤੇ ਸਾਡੇ ਬੰਦੇ ਫਿਰ ਵੀ ਉਹਦਾ ਖਹਿੜਾ ਛੱਡਣ 'ਚ ਨਹੀਂ ਆ ਰਹੇ ਹੈਗੇ ਫਿਰ ਵੀ ਉਹਨੂੰ ਪਿਤਾ ਜੀ ਕਹਿ ਕੇ ਮੰਦਰ ਨੇ ਆਪਣੇ ਬਾਪੂ ਨੂੰ ਕਦੇ ਬੁੜੇ ਤੋਂ ਬਿਨਾਂ ਨਹੀਂ ਬੋਲੇ ਹੋਣੇ ਕਿੱਡੀ ਵੱਡੀ ਸਾਡੇ ਵਿੱਚ ਇਸ ਇੱਕ ਵਹਿਮਾਂ ਭਰਮਾਂ ਦੀ ਲੜੀ ਜੁੜੀ ਹੋਈ ਹੈ ਸਾਨੂੰ ਕਿੰਨਾ ਵੱਡਾ ਚੱਕਮਾ ਦਿੱਤਾ ਗਿਆ ਕਿੰਨਾ ਵੱਡਾ ਵਹਿਮ ਪਾਲਿਆ ਗਿਆ ਕਿੰਨਾ ਵੱਡਾ ਸਾਡੇ ਵਿੱਚ ਇੱਕ ਫਤੂਰ ਜਾਂ ਫਲਾਇਆ ਗਿਆ ਤੇ ਸਾਡੇ ਵਿੱਚ ਵਹਿਮ ਭਰਮ ਤੇ ਕਰਮਕਾਂਡ ਪਖੰਡ ਨੂੰ ਫਲਾ ਕੇ ਰੱਖ ਦਿੱਤਾ ਗਿਆ ਯਾਦ ਰੱਖੋ ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਮਿਲਣਗੀਆਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿਸ ਲੋਕਾਂ ਦੇ ਲਈ ਕੁਰਬਾਨੀਆਂ ਹੋਈਆਂ ਜਿਸ ਲੋਕਾਂ ਦੇ ਲਈ ਜੰਗ ਜੁੱਦ ਹੋਏ ਜਿਨ੍ਹਾਂ ਲੋਕਾਂ ਨੂੰ ਹੱਕ ਦਿਵਾਉਣ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਤੇ ਹੋਰ ਵੀ ਕਈ ਸਿੰਘ ਸ਼ਹੀਦਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਉਹ ਲੋਕ ਡੇਰਿਆਂ ਵੱਲ ਨੂੰ ਜਾਣ ਗੱਲ ਸਮਝ ਨਹੀਂ ਆਉਂਦੀ ਤੇ ਉਹ ਗੱਲ ਜਿਹੜੀ ਹੈ ਬਿਲਕੁਲ ਆਊਟ ਹੋ ਗਈ ਆਪਣੇ ਘਰਾਂ ਦੇ ਵਿੱਚ ਬੰਦੇ ਵਹਿਮ ਭਰਮ ਕਰਮ ਕਾਂਡ ਫੈਲਾ ਰਹੇ ਨੇ ਕਰ ਰਹੇ ਨੇ ਬੈਠੇ ਯਾਦ ਰੱਖੋ ਉਹ ਚੀਜ਼ਾਂ ਸਾਨੂੰ ਅਹਿਸਾਸ ਕਰਾਉਂਦੀਆਂ ਨੇ ਕਿ ਇਹ ਲੋਕ ਆਪਣੇ ਗੁਰੂ ਦੇ ਨਹੀਂ ਬਣ ਸਕਦੇ ਇਹਨਾਂ ਲੋਕਾਂ ਨੂੰ ਗੁਰੂ ਦੀ ਬਾਣੀ ਤੇ ਭਰੋਸਾ ਨਹੀਂ 1430 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹਨਾਂ ਨੂੰ ਉਹਦੇ ਤੇ ਭਰੋਸਾ ਨਹੀਂ ਹੈਗਾ ਇਹ ਉਹ ਲੋਕ ਨੇ ਯਾਦ ਰੱਖਿਓ ਜਿਹਦੀ ਗੁਰੂ ਗ੍ਰੰਥ ਸਾਹਿਬ ਸੱਚੇ 파ਰਸ਼ਦ ਪੂਰੀ ਨਹੀਂ ਪਈ ਉਹਦੀ ਕਿਤੋਂ ਨਹੀਂ ਪੈ ਸਕਦੀ ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਡੇਰਿਆਂ ਤੇ ਜਾ ਰਿਹਾ ਯਾਦ ਰੱਖਿਓ ਉਹਨਾਂ ਨੂੰ ਪਤਾ ਹੈ ਕਿ ਇਹ ਜਦੋਂ ਇਹ ਲੋਕ ਉਹਨਾਂ ਦੇ ਨਹੀਂ ਬਣੇ ਹੈਗੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਐਡਾ ਬੜਾ ਇਤਿਹਾਸ ਹੈ ਸਿਰ ਜਿਆ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਬਣੇ ਸਾਡੇ ਕੀ ਬਣ ਗਏ ਲੋਕ ਉਹ ਸਾਨੂੰ ਫਿਰ ਲੁੱਟਣ ਦੇ ਵਿੱਚ ਧਿਆਨ ਕਰਦੇ ਨੇ ਸਾਡੇ ਤੋਂ ਲਾਉਂਦੇ ਨੇ ਪੂਰੀ ਛਿੱਲ ਜਿੰਨਾ ਲੁੱਟਿਆ ਜਾਂਦਾ ਲੁੱਟ ਲੈਂਦੇ ਨੇ ਸਾਡੇ ਤੋਂ ਇਹੋ ਹੀ ਕਾਰਨ ਨੇ ਇਹੋ ਹੀ ਚੀਜ਼ਾਂ ਨੇ ਸੋ ਗੁਰਮਖੋ ਧਿਆਨ ਰੱਖਿਆ ਕਰੋ ਜੁੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਐਵੇਂ ਨਾ ਤੁਰਿਆ ਕਰੋ ਸਾਧਾਂ ਦੇ ਡੇਰਿਆਂ ਤੇ ਜੀ ਮੈਨੂੰ ਇੱਜ਼ਤ ਮਿਲੇ ਜੀ ਮੇਰਾ ਮਾਣ ਸਨਮਾਨ ਹੋਵੇ ਪੈਸਾ ਕਾਮਯਾਬੀ ਹੋਵੇ ਉਹ ਤੇ ਆਪਣੇ ਆਪ ਹੋਊਗੀ ਜਦੋਂ ਤੁਹਾਡੇ ਕਾਰਜ ਸਿੱਧ ਹੋਣਗੇ ਤੁਹਾਡੀ ਨੀਅਤ ਸਾਫ਼ ਹੋਊਗੀ ਤੁਹਾਡੇ ਕੰਮ ਵਧੀਆ ਹੋ ਜਾਣਗੇ ਇਹ ਸਾਰੀਆਂ ਚੀਜ਼ਾਂ ਤੁਸੀਂ ਆਪ ਕਰ ਸਕਦੇ ਹੋ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਗੁਰੂ ਤੋਂ ਸਿਰਫ ਭਰੋਸਾ ਤੇ ਨਾਮ ਦੀ ਦਾਤ ਮੰਗੋ ਬਸ ਆਪਣਾ ਸਮਾਂ ਤੇ ਆਪਣਾ ਪੈਸਾ ਬਚਾਓ ਬਰਬਾਦੀ ਪਰ ਜਾਂਦਾ ਹੋਇਆ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਗੁਰੂ ਤੋਂ ਉੱਪਰ ਕੋਈ ਨਹੀਂ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਗੱਲ ਯਾਦ ਰੱਖਿਓ ਜਿਨੇ ਇਹ ਗੱਲ ਮਨ ਚ ਵਸਾ ਲਈ ਉਹ ਨਹੀਂ ਕਦੇ ਡੇਰਿਆਂ ਤੇ ਜਾਂਦਾ ਇਹ ਗੱਲ ਯਾਦ ਰੱਖਿਓ ਸਾਰੀ ਸੰਗਤ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ